ਪੰਜਾਬ ਵਿੱਚ ਇਸ ਸਮੇਂ ਗੈਂਗਸਟਰਾਂ ਵੱਲੋਂ ਫੋਨ ਕਰਕੇ ਫਰੋਤੀਆਂ ਮੰਗਣ ਦਾ ਸਿਲਸਿਲਾ ਧੜੱਲੇ ਨਾਲ ਚੱਲ ਰਿਹਾ ਹੈ। ਪਿਛਲੇ ਕੁਝ ਸਮੇਂ ਪਹਿਲਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵੀ ਕਿਸੇ ਗੈਂਗਸਟਰ ਵੱਲੋਂ ਫੋਨ ਕਰਕੇ ਫਰੋਤੀ ਮੰਗੀ ਗਈ ਸੀ, ਜਿਸ ਤੋਂ ਬਾਅਦ ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਬੋਨੀ ਨੂੰ ਵੀ ਫੋਨ ਕਰਕੇ ਗੈਂਗਸਟਰ ਵੱਲੋਂ ਫਰੋਤੀ ਮੰਗੀ ਗਈ ਸੀ ਅਤੇ ਇਹ ਸਿਲਸਿਲਾ ਇੱਥੇ ਬੰਦ ਨਹੀਂ ਹੋਇਆ। ਹੁਣ ਫਿਰ ਅਜਨਾਲਾ ਦੇ ਨਾਮੀ ਸੁਨਿਆਰਾ ਕੋਲੋਂ ਗੈਂਗਸਟਰ ਵੱਲੋਂ 5 ਲੱਖ ਦੀ ਫਰੋਤੀ ਮੰਗੀ ਗਈ ਅਤੇ ਫਰੋਤੀ ਨਾ ਦੇਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਰਾਜੀਵ ਕੁਮਾਰ ਨੇ ਦੱਸਿਆ ਕਿ ਉਸ ਨੂੰ 2 ਵਜੇ ਦੇ ਕਰੀਬ ਫੋਨ ਕਾਲ ਆਈ ਸੀ, ਜਿਸ ਵਿੱਚ ਉਹਨਾਂ ਕਿਹਾ ਗਿਆ ਕਿ ਮੈਂ ਗੋਲਡੀ ਬਰਾੜ ਦੀ ਸੱਜੀ ਬਾਹ ਬੋਲਦਾ ਹਾਂ, ਉਸਦੇ ਖਾਤੇ ਵਿੱਚ 5 ਲੱਖ ਰੁਪਇਆ ਭੇਜ ਦੇ, ਨਹੀਂ ਤਾਂ ਤੂੰ ਕੱਲ ਦਾ ਸੂਰਜ ਨਹੀਂ ਦੇਖੇਗਾ। ਰਾਜੀਵ ਨੇ ਅੱਗੇ ਕਿਹਾ ਕਿ ਉਕਤ ਵਿਅਕਤੀ ਵੱਲੋਂ ਮੋਬਾਈਲ ਕਾਲ ਕਰ ਆਪਣਾ ਖਾਤਾ ਨੰਬਰ ਭੇਜ ਕਿਹਾ ਗਿਆ, ਇਸ ਵਿੱਚ 4 ਵਜੇ ਤੋਂ ਪਹਿਲਾਂ 5 ਲੱਖ ਰੁਪਏ ਭੇਜ ਦੇ, ਨਹੀਂ ਤਾਂ ਤੂੰ ਕੱਲ ਦਾ ਸੂਰਜ ਨਹੀਂ ਦੇਖੇਗਾ। ਪੀੜਤ ਰਾਜੀਵ ਨੇ ਕਿਹਾ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਤੂੰ ਚਾਹੇ ਸਾਬਕਾ ਵਿਧਾਇਕ ਬੋਨੀ ਅਤੇ ਉਸਦੇ ਪੀਏ ਸੰਦੀਪ ਕੋਲੋਂ ਪੁੱਛ ਲੈ, ਬੋਨੀ ਹੁਣ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਦਾ। ਪੀੜਤ ਰਾਜੀਵ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਵਟਸਐਪ ਤੇ ਮੈਸੇਜ ਵੀ ਕੀਤੇ ਗਏ। ਪੀੜਤ ਰਾਜੀਵ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਮੇਰੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ DSP ਅਜਨਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਵਿਅਕਤੀ ਦੁਆਰਾ ਬੈਂਕ ਅਕਾਊਂਟ ਵੀ ਦਿੱਤਾ ਗਿਆ ਹੈ, ਜਿਸ ਨੂੰ ਜਲਦ ਇਨਵੈਸਟੀਗੇਸ਼ਨ ਕੀਤਾ ਜਾਏਗਾ। ਮੇਰਾ ਨਾਮ ਰਾਜੀਵ ਕੁਮਾਰ। ਕੀ ਗੱਲਬਾਤ ਹੋਈ? ਇਹ ਅੱਜ ਮੈਨੂੰ 2:10 ਤੇ ਕਾਲ ਆਈ, ਕਹਿੰਦਾ ਕਿ ਮੈਂ ਗੋਲਡੀ ਬਰਾੜ ਦੀ ਸੱਜੀ ਬਾਂਹ ਬੋਲਣ ਆ, ਮੇਰੇ ਅਕਾਊਂਟ 'ਚ 5 ਲੱਖ ਰੁਪਇਆ ਪਾ ਦੇ, ਨਹੀਂ ਤੇ ਤੂੰ ਕੱਲ ਦਾ ਸੂਰਜ ਨਹੀਂ ਵੇਖੇਗਾ। ਤੇ ਬਾਅਦ ਵਿੱਚ ਮੈਨੂੰ ਫਿਰ ਕਾਲ ਕਰਕੇ ਕਹਿਣ ਲੱਗ ਪਿਆ ਕਿ ਆਹ ਅਕਾਊਂਟ ਨੰਬਰ ਆ, ਮੈਂ ਤੈਨੂੰ ਦੇ ਰਿਹਾ, ਇਹਦੇ ਅਕਾਊਂਟ ਵਿੱਚ 4 ਵਜੇ ਤੋਂ ਪਹਿਲਾਂ ਪੈਸੇ ਪੈਣੇ ਚਾਹੀਦੇ ਆ, ਜੇ ਤੂੰ ਨਹੀਂ ਪਾਏ ਤਾਂ ਤੂੰ ਨਹੀਂ ਵੇਖੇਗਾ ਕੱਲ ਦਾ ਸੂਰਜ। ਬਾਅਦ ਵਿੱਚ ਮੈਨੂੰ ਕਹਿਣ ਲੱਗ ਪਿਆ ਕਿ ਜਾ ਕੇ ਬੋਨੀ ਅਮਰਪਾਲ ਕੋ ਵੀ ਪੁੱਛ ਲਾ ਕਿ ਉਹ ਹੁਣ ਘਰੋਂ ਬਾਹਰ ਨਹੀਂ ਨਿਕਲਦਾ, ਜੇਕਰ ਤੈਨੂੰ ਨਹੀਂ ਯਕੀਨ ਆਉਂਦਾ ਤਾਂ ਜਾ ਕੇ ਉਹਦੇ PA ਸੰਦੀਪ ਨੂੰ ਵੀ ਪੁੱਛ ਲਾ ਅਤੇ ਉਹ ਬਾਹਰ ਨਹੀਂ ਆਉਂਦਾ ਹੁਣ, ਜੇ ਤੂੰ 4 ਵਜੇ ਤੋਂ ਪਹਿਲਾਂ ਪੈਸੇ ਨਾ ਪਾਏ ਤਾਂ ਤੂੰ ਆਪਣੇ ਮੌਤ ਦਾ ਆਪ ਜ਼ਿੰਮੇਵਾਰ ਹੋਵੇਗਾ। ਪਹਿਲਾਂ ਮੈਨੂੰ ਕਾਲ ਕੀਤੀ ਉਹਨੇ, ਉਸ ਤੋਂ ਬਾਅਦ ਮੈਨੂੰ ਵਟਸਐਪ 'ਤੇ ਮੈਸੇਜ ਕੀਤੇ, ਮੈਸੇਜ ਮੈਨੂੰ 15-20 ਮੈਸੇਜ ਆਏ ਆ, ਉਸ ਤੋਂ ਬਾਅਦ 5-10 ਮਿੰਟ ਮੇਰੇ ਨਾਲ ਕਾਲ 'ਤੇ ਹੋਈ ਉਹਦੇ ਨਾਲ ਗੱਲ। ਕੋਈ ਆਵਾਜ਼ ਨਹੀਂ, ਮੈਨੂੰ ਨਹੀਂ ਜਾਣੀ ਪਛਾਣੀ ਲੱਗਦੀ ਆਵਾਜ਼, ਹੈ ਕਿਸੇ ਨਾਲ? ਨਾ ਨਾ, ਕੋਈ ਰੰਜਿਸ਼ ਨਹੀਂ ਕਿਸੇ ਨਾਲ ਵੀ। ਹੁਣ ਇਹੋ ਹੀ ਮੰਗ ਕਰਦੇ ਪ੍ਰਸ਼ਾਸਨ ਕੋ ਕਿ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਇਹ ਰਾਜੀਵ ਕੁਮਾਰ ਨੇ, ਪੁੱਤਰ ਵਿਨੋਦ ਕੁਮਾਰ, ਵਾਰਡ ਨੰਬਰ 3 ਦੇ ਰਹਿਣ ਵਾਲੇ ਨੇ। ਇੱਥੇ ਅਜਨਾਲਾ ਬਾਜ਼ਾਰ ਵਿੱਚ ਇਹਨਾਂ ਦੀ ਜੁਐਲਰੀ ਦੀ ਸ਼ੋਪ ਹੈ, ਕਾਫੀ ਪੁਰਾਣੀ, 40-50 ਸਾਲ ਪੁਰਾਣੀ ਦੱਸਦੇ ਨੇ। ਇਹਨਾਂ ਇਹ ਤਾਂ ਇਹਨਾਂ ਦੇ ਬ੍ਰਦਰ ਇਕੱਠੇ ਚਲਾਉਂਦੇ ਨੇ। ਅੱਜ ਦੁਪਹਿਰ ਤੋਂ ਕਰੀਬ 2 ਵਜੇ ਤੋਂ ਕਰੀਬ ਇਹਨਾਂ ਨੂੰ ਕਿਸੇ ਨੰਬਰ ਤੋਂ, ਜਿਹੜਾ ਕਿ ਨੈੱਟ ਨੰਬਰ ਸੀ, ਉੱਤੋਂ ਇਹਨਾਂ ਨੂੰ ਮੈਸੇਜ ਆਉਣੇ ਸ਼ੁਰੂ ਹੋਏ। ਉਸ ਵਿਅਕਤੀ ਨੇ ਆਪਣੇ ਵੱਲੋਂ ਬੋਲ ਕੇ ਵੀ ਮੈਸੇਜ ਪਾਏ ਨੇ, ਵੋਇਸ ਮੈਸੇਜ ਵੀ ਪਾਏ ਨੇ, ਜਿੱਦਾਂ ਕਿ ਉਹਨੂੰ ਥੋੜ੍ਹਾ ਭੱਦੀ ਸ਼ਬਦਾਵਲੀ ਵਰਤਦਾ, ਉਹ ਗਾਲਾਂ ਵੀ ਕੱਢਦਾ। ਅਤੇ ਇਹਨਾਂ ਨੂੰ ਫਿਰ ਵੇਖਣ ਵਾਲੀ ਗੱਲ ਹੈ ਕਿ ਇਹ ਇੱਕ ਲੈਂਡ ਲਾਈਨ, ਜਿਹੜੇ ਦੂਸਰਾ ਆਪਣਾ GSM ਨੰਬਰ ਆ, ਉਹਦੇ ਤੋਂ ਵੀ ਇਹਨਾਂ ਫੋਨ ਕੀਤੇ ਨੇ। ਅਤੇ ਚੈਟਿੰਗ ਦੇ ਵਿੱਚ ਇਸ ਨੂੰ ਰਾਜੀਵ ਨੂੰ ਕਿਹਾ ਜਾਂਦਾ ਕਿ ਤੂੰ ਇਹ ਫਲਾਣਾ ਅਕਾਊਂਟ ਹੈ SBI ਦਾ, ਉੱਥੇ ਅਕਾਊਂਟ ਦਾ ਬੰਦੇ ਦਾ ਨਾਂ ਅਤੇ ਉਹਦਾ IFSC ਕੋਡ ਵੀ ਦਿੰਦਾ ਕਿ ਉੱਥੇ ਸ਼ਾਮ 4 ਵਜੇ ਤੱਕ ਪੈਸੇ ਪਵਾ ਦੇਣੇ, ਅਤੇ ਜਿਸ ਤਰ੍ਹਾਂ ਆਮ ਧਮਕੀ ਵਾਲੇ ਕਹਿੰਦੇ ਨੇ। ਇਹ ਗੱਲ ਹੁਣ ਸਾਡੇ ਸਾਹਮਣੇ ਆਈ। ਤੁਸੀਂ ਇੱਥੇ ਦੀ ਗੱਲ ਵੀ ਅਜਨਾਲੇ ਦੀ ਕਰ ਰਹੇ ਹੋ, ਹੋਰ ਵੀ ਪੰਜਾਬ ਦੇ ਵਿੱਚ ਇਹ ਟ੍ਰੈਂਡ ਪਿਛਲੇ ਕੁਝ ਸਮੇਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਕਿ ਕਾਫੀ ਥ੍ਰੈਟਡ ਕਾਲਜ਼ ਆ ਰਹੀਆਂ ਨੇ। ਅਤੇ ਇਹਦੇ ਵਿੱਚ ਇੱਕ ਖਾਸ ਕਰਕੇ ਇਸ ਦੀ ਗੱਲ ਇਹ ਹੈ ਕਿ ਨੰਬਰ ਉਹਨੇ ਆਪਣੇ ਡਿਸਕਲੋਜ਼ ਕੀਤੇ, ਕੋਈ ਨੈੱਟ ਕਾਲਿੰਗ ਤਾਂ ਅਤੇ ਜਿੱਥੋਂ ਚੈਟਿੰਗ ਹੋ ਰਹੀ ਹੈ ਉੱਥੇ ਪਾਇਆ, ਅਤੇ ਦੂਸਰੇ ਨੰਬਰ ਦਿੱਤੇ ਨੇ ਉਹਨੇ, ਅਤੇ ਇੱਕ ਬੈਂਕ ਅਕਾਊਂਟ ਵੀ ਦਿੱਤਾ ਜੋ ਓਬਵੀਅਸਲੀ ਜਾਂ ਕਿਸੇ ਥਰਡ ਪਰਸਨ ਦਾ ਹੋ ਸਕਦਾ, ਜਾਂ ਉਹ ਤਾਂ ਅਸੀਂ ਇਨਵੈਸਟੀਗੇਟ ਕਰਾਂਗੇ ਅਤੇ ਫਿਰ ਪਤਾ ਲੱਗ ਜਾਏਗਾ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।